वाहिगुरु जी का खालसा वाहिगुरु जी की फतेह। साध संगत जीओ, स्टॉकटन गुरु घर तो हमने निकले हैं जी। इस वेले तकरीबन साढ़े बारह बज चुके ने, ते हुण ज्ञानी सेवक सिंह जी जेड़े इस गुरु घर दे हैड ग्रंथी की सेवा ते ने, ते ओ नाल ਲੈ ਕੇ ਜਾ ਰਹੇ ਨੇ ਕਿਸੇ ਗੁਰਮੁਖਾਂ ਦੇ ਘਰ ਅੱਜ ਪ੍ਰਸ਼ਾਦੇ ਲੰਗਰਾਂ ਵਾਸਤੇ ਉੱਥੇ ਜਾ ਰਹੇ ਹਾਂ ਜੀ। ਗੁਰਸੇਵਕ ਭਾਅ ਜੀ ਦੋ ਬਚਨ ਤੁਸੀਂ ਵੀ ਸੰਗਤਾਂ ਨਾਲ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਆਪ ਬੜੇ ਆਪਣੇ ਵੱਡੇ ਭਾਗ ਸਮਝਦਾ ਜੀ, ਜੋ ਕਿ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਅਤਿ ਸਤਿਕਾਰਯੋਗ, ਜਿਹਨਾਂ ਨੂੰ ਕਦੀ ਅਸੀਂ ਚੈਨਲ ਰਾਹੀਂ ਜਾਂ ਦਰਬਾਰ ਸਾਹਿਬ ਸੁਣਦੇ ਸੀ, ਅਤੇ ਅੱਜ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਨਾਲ ਉਹ ਗੱਡੀ ਵਿੱਚ ਬੈਠੇ ਨੇ। ਪੂਰਾ ਜਥਾ ਬੜਾ ਹੀ ਬਾਣੀ ਪੜ੍ਹਨ ਵਾਲਾ ਹੈ, ਬੜੀ ਨਿਮਰਤਾ ਵਾਲੇ ਨੇ, ਔਰ ਗੁਰੂ ਸਾਹਿਬ ਜੀ ਦੇ ਆਦਰ ਸਤਿਕਾਰ ਵਿੱਚ ਰਹਿਣ ਵਾਲੇ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਭਾਈ ਸਾਹਿਬ ਜੀ ਦੇ ਸਮੂਹ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ। ਗੁਰਸੇਵਕ ਵੀਰ ਜੀ ਜਿਹੜੇ ਸਾਡੇ ਵੀ ਬੜੇ ਪਿਆਰ ਵਾਲੇ ਨੇ ਜੀ, ਬੜਾ ਪਿਆਰ ਕਰਦੇ ਨੇ, ਇਹਨਾਂ ਦਾ ਬਹੁਤ ਹੀ ਪਿਆਰ ਆ ਸਾਰਿਆਂ ਦੇ ਨਾਲ, ਅਤੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ। ਤੁਹਾਨੂੰ ਅੱਜ ਜਿੱਥੇ ਆਪਾਂ ਜਾ ਰਹੇ ਹਾਂ ਜੀ, ਇਹ ਇੱਕ ਜਿਵੇਂ ਆਪਾਂ ਪਿੰਡਾਂ 'ਚ ਕਹਿ ਦਿੰਦੇ ਹਾਂ ਇੰਡੀਆ ਨਾ, ਡੇਰੇ ਚੱਲੇ ਹਾਂ, ਅਤੇ ਡੇਰੇ ਚੱਲੇ ਹਾਂ ਜੀ, ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਉੱਥੇ ਵੀ ਕਿਸ ਤਰ੍ਹਾਂ ਇੱਥੇ ਖੇਤੀ ਹੁੰਦੀ ਹੈ ਫੁਹਾਰਿਆਂ ਦੇ ਨਾਲ, ਹੈ ਨਾ। ਸਿੰਘ ਜੀ ਭਾਈ ਸਾਹਿਬ ਉਹਨਾਂ ਦੇ ਘਰ ਬੈਠੇ ਹਾਂ ਜੀ, ਇੱਥੇ ਅਤੇ ਇਹਨਾਂ ਦੇ ਖੇਤਾਂ 'ਚ ਘਰ ਆ ਜੀ, ਬਹੁਤ ਵਧੀਆ, ਅਤੇ ਸਾਰੀ ਫੈਮਿਲੀ ਬੈਠੀ ਆ ਜੀ। ਭਾਈ ਸਾਹਿਬ ਬੈਠੇ ਨੇ, ਮਾਤਾ ਜੀ ਬੈਠੇ ਨੇ, ਪਿਤਾ ਜੀ ਬੈਠੇ ਨੇ, ਹੋਰ ਸਾਰੀਆਂ ਭੈਣਾਂ, ਉੱਧਰ ਗੈਰੇਜ ਆ ਜੀ ਇਹਨਾਂ ਦਾ, ਗੱਡੀਆਂ ਖੜੀਆਂ ਨੇ, ਉੱਧਰ ਮੋਰ ਨੇ ਜੀ, ਤੁਹਾਨੂੰ ਵਾਈਟ ਮੋਰ ਵੀ ਦਿਖਾਵਾਂਗੇ, ਵਾਈਟ ਮੋਰ ਵੀ ਹੈਗੇ ਉੱਥੇ, ਅਤੇ ਆ ਇੱਧਰ ਨਿੰਬੂ ਲੱਗੇ ਹੋਏ ਨੇ। ਟਾਈਮ ਹੈਗਾ ਇਸ ਅੱਜ ਕਬੀਰ ਜੀ ਕਹਿੰਦੇ ਚਲੋ ਤੁਹਾਡੀ ਮਸਾਜ ਕਰਦੀ ਹੈ, ਭਾਈ ਸਾਹਿਬ ਦੀ ਮਸ਼ੀਨ ਲਾਈ ਹੈ ਜੀ ਮਸਾਜ ਵਾਸਤੇ, ਰਿਲੈਕਸ ਕਰਦੀ ਹੈ, ਲੱਤਾਂ ਪਾਵਾਂ ਦੱਬ ਰਹੀ ਹੈ ਜੀ ਪੂਰੀਆਂ। ਇਹ ਸਾਡੇ ਵੀਰ ਜੀ ਕਹਿੰਦੇ ਚਲੋ ਭਾਈ ਸਾਹਿਬ ਮਸਾਜ ਕਰੀਏ ਤੁਹਾਡੇ, ਕਿਆ ਬਾਤ ਹੈ। ਇੱਧਰ ਵੀਰ ਸਾਡੇ ਬੈਠੇ ਨੇ, ਗਲੀ ਲੱਗੇ ਨੇ, ਅਤੇ ਹੋਰ ਮਨਦੀਪ ਭਾਅ ਜੀ ਤੁਸੀਂ ਵੀ ਕਰਨੀ ਮਸਾਜ? ਹਾਂਜੀ ਅਸੀਂ ਗੱਲਾਂ ਕਰਦੇ ਸੀ, ਲੱਕੜ ਦਾ ਮੇਰੇ ਜਿਹੜਾ ਮੇਰਾ ਬੈੱਡ ਹੈ ਨਾ, ਹਾਂ ਲੱਕੜ ਦਾ ਜੀ, ਹਾਂ ਬਾਬਾ ਜੀ ਕਹਿੰਦੇ ਆਪਣੇ ਗੱਦੇ ਪਏ ਨੇ, ਗੱਦੇ ਤੁਹਾਨੂੰ ਦੇ ਦੂੰਗਾ, ਬਹੁਤ ਗੱਦੇ ਪਏ ਸਾਂਭ ਕੇ ਰੱਖੇ। ਅੱਛਾ, ਯਾਨੀ ਕਿ ਹੁਣ ਤੁਸੀਂ ਉਹ ਗੱਦੇ ਲਾ ਕੇ ਆਪਣਾ ਵਧੀਆ ਬਣਾਓਗੇ? ਇਹ ਸਾਡੇ ਗੁਰਸੇਵਕ ਸਿੰਘ ਵੀਰ ਜੀ ਹੈ ਜੀ, ਇਹ ਕਹਿੰਦੇ ਅੱਜ ਤੁਹਾਨੂੰ ਗੱਦੇ ਦੇ ਦੇਣੇ। ਵੇਖੋ ਜੀ ਮੋਰ, ਇਹ ਭਾਅ ਜੀ ਉਹਨਾਂ ਦੇ ਅੱਜ ਡੇਰੇ 'ਤੇ ਆਏ ਹਾਂ, ਅਤੇ ਮੋਰ ਇੱਥੇ ਇਹਨਾਂ ਰੱਖੇ ਆ ਪੂਰੇ, ਕਿੰਨੇ ਸੋਹਣੇ ਮੋਰ ਨੇ। ਵੇਖੋ ਜੀ ਮੋਰ ਨੇ ਪੈਲ ਪਾਈ ਆ, ਕਿੰਨੀ ਸੋਹਣੀ। ਵਾਹ ਜੀ ਵਾਹ, ਇਹਨੇ ਵੀ ਪੈਲ ਪਾਈ ਆ, ਅਤੇ ਅੰਦਰ ਜਿਹੜਾ ਮੋਰ ਦੂਸਰਾ ਹੈ ਨਾ ਵਾਈਟ ਵਾਲਾ, ਉਹਨੇ ਵੀ ਦੋਵਾਂ ਨੇ ਪੈਲ ਪਾਈ ਆ, ਕਿੰਨੀ ਸੋਹਣੀ। ਵਾਹ 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 ਵਾਹ, ਵਾਹ
मोर पैल पाते हैं जी। हजूरी रागी सचखंड श्री दरबार साहिब देखो जी इन्होंने बदाम के बूटे ने जेडे लाए ने बुखार ने सानू कीड़ा लगे ना पनीर घ्यो मक्खन लस्सी हर रोज बदामा दे बाग च इस टाइम दोबारा फिर इथो बदाम लाके जाने इंडियन आले बदाम ते खाने घट तेल आले भी खा के वेखिए अमेरिका दे बदाम च किन्ना क तेल आ बदाम लग गए बदाम दे बूटे आ अपनी मां तो वड्डी हो गई करो मन मेरे ऐसी प्रीत करो मन मेरे मन में है सिंह हर हर नाम मन में है सिंह हर हर नाम अन दिन कीर्तन हर गुण गाम अनदिन कीर्तन हर गुण गाम
ऐसी प्रीत करो मन मेरे, ऐसी प्रीत करो मन मेरे, आठ पैर रब जानो तेरे, आठ पैर रब जानो तेरे, ऐसी प्रीत करो मन मेरे, ऐसी प्रीत करो मन मेरे। सत्संग जीओ, हुणे कीर्तन की समाप्ति तो बाद बाहर आए हाँ, तो हुण ब्लॉक की समाप्ति भी करनी है, तो अज इनी सेवा प्रवान कर लैनी, कल नूं दोबारा फिर मिलांगे जी। उदों तक सारयां नूं वाहिगुरू जी का खालसा वाहिगुरू जी की फतेह जी।